ਜਲਵਾ ਵਿਖਾਉਂਦੇ ਹਾਂ ਵੀ 4x4 ਦਾ ਠੀਕ ਹੈ ਜੀ। ਚਲੋ ਵੀ ਮਿੱਤਰੋ ਕੀ ਹਾਲ ਚਾਲ ਨੇ ਜੀ, ਉਮੀਦ ਕਰਦਾ ਸਾਰੇ ਵਧੀਆ ਹੋ ਗਏ। ਦੋਸਤੋ ਅੱਜ ਬੜੇ ਦਿਨਾਂ ਬਾਅਦ ਮੈਂ ਵਲੋਗ ਪਾਉਣ ਲੱਗਾ ਵਾਂ। ਅਸਲ ਦੇ ਵਿੱਚ ਮੈਂ ਵਲੋਗ ਕਿਉਂ ਪਾਉਣ ਲੱਗਾ ਉਹਦੀ ਇੱਕ ਵਜ੍ਹਾ ਹੈ। ਚੱਲੀਏ ਆਪਾਂ। ਅਤੇ ਦੋਸਤੋ ਮੈਂ ਤੁਹਾਨੂੰ ਹੁਣ ਦੱਸਣਾ ਵਾਂ ਕਿ ਅਸਲ ਦੇ ਵਿੱਚ ਵਜ੍ਹਾ ਹੈ ਕੀ ਸੀ। ਵਜ੍ਹਾ ਇਹ ਸੀ ਕਿ ਮੇਰੇ ਮਨ 'ਚ ਨਾ ਇਹ ਹਮੇਸ਼ਾ ਇਹ ਹੁੰਦਾ ਹੈ ਕਿ ਜਿਹੜੀ ਮੈਂ ਵੀਡੀਓ ਪਾਵਾਂ ਉਹ ਮੀਨਿੰਗਫੁੱਲ ਹੋਵੇ। ਯਾਰ ਮੀਨਿੰਗਫੁੱਲ ਵੀਡੀਓ ਰੋਜ਼ ਥੋੜ੍ਹੀ ਆਉਂਦੀਆਂ ਨੇ, ਲੇਕਿਨ ਪਰ ਇਹ ਹੈ ਕਿ ਵਲੋਗਿੰਗ ਦੇ ਵਿੱਚ ਜਿਹੜੇ ਹੁਣ ਮੁੰਡੇ ਕੁੜੀਆਂ ਡੇਲੀ ਵਲੋਗਿੰਗ ਕਰਦੇ ਨੇ ਉਹ ਕਿੰਨੇ ਕੁ ਮੀਨਿੰਗਫੁੱਲ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ। ਅਤੇ ਫਿਰ ਮੈਂ ਇਹ ਚੀਜ਼ ਸੋਚੀ ਕਿ ਯਾਰ ਆਪਾਂ ਡੇਲੀ ਵਲੋਗਿੰਗ ਦੇ ਵਿੱਚ ਵਾਕਈ ਰੋਜ਼ ਜੇਕਰ ਸੋਚੀਏ ਕਿ ਅਗਰ ਆਪਾਂ ਗੱਲਾਂ ਵਧੀਆ ਦੱਸੀਏ ਜਿਵੇਂ, ਤਾਂ ਉਹ ਹੋ ਨਹੀਂ ਸਕਦਾ। ਇਸ ਕਰਕੇ ਆਪਾਂ ਵੀ ਹੁਣ ਸੋਚ ਲਿਆ ਕਿ ਬਈ ਜੋ ਹੈ ਜੋ ਆਪਾਂ ਕਰਾਂਗੇ ਉਹ ਹੀ ਵੀਡੀਓ ਪਾਇਆ ਕਰਾਂਗੇ। ਠੀਕ ਹੈ ਬਈ, ਬਹਿ ਜਾ ਵੀ ਛੋਟੂ। ਸਾਲਾ ਵੀਡੀਓ ਚੱਕਰ 'ਚ ਨਾਲ ਹੀ 'ਚ ਨਾ ਪਿਆ ਹੋਈਏ ਕਿਤੇ। ਲੈ ਗਿਆ ਓਏ, ਕਿਵੇਂ ਚੜੇਗਾ? ਨੀ ਚੜ ਜਾਏਗਾ, ਤੂੰ ਮੇੜ ਬੰਦ ਕਰ ਦੇ ਨਾ, ਵੱਟ ਬੰਦ ਕਰ ਦੇ। ਲੈ ਵੀ ਦੋਸਤੋ, ਗੱਲ ਇਸ ਤਰ੍ਹਾਂ ਹੈ ਕਿ ਬਾਪੂ ਲੱਗਾ ਪਿਆ ਅਤੇ ਪਿਛਲੀ ਵਾਰੀ ਅਸੀਂ ਟਰੈਕਟਰ ਸਾਡਾ ਆਪਣਾ ਚੱਲਦਾ ਨਹੀਂ ਸੀ ਇੱਥੇ, ਕਿਉਂਕਿ ਪੈਲੀ ਝੋਨਾ ਵੱਢ ਕੇ ਦੁਬਾਰਾ ਤਿਆਰ ਕੀਤੀ ਸੀ ਅਤੇ ਟਰੈਕਟਰ ਆਪਣਾ ਸਲਿੱਪ ਮਾਰਦਾ ਸੀ ਅਤੇ ਚੱਲਦਾ ਨਹੀਂ ਸੀ। ਅਸਲ 'ਚ ਬਾਪੂ ਨੇ ਥੋੜ੍ਹਾ ਜਿਹਾ ਨਾ ਜ਼ੋਰ ਜਿਹਾ ਲਾਇਆ ਨਹੀਂ, ਨਹੀਂ ਤਾਂ ਚੱਲ ਵੀ ਸਕਦਾ ਸੀ, ਕੋਈ ਐਵੇਂ ਦੀ ਗੱਲ ਨਹੀਂ ਸੀ। ਅਤੇ ਫਿਰ ਅਸੀਂ ਸਾਡੇ ਇੱਥੇ ਨਦੀ ਹੈ ਨੇੜੇ ਨਾ, ਅਤੇ ਉੱਥੋਂ ਜਦੋਂ ਬਰਸਾਤਾਂ ਦੇ ਵਿੱਚ ਨਦੀ 'ਚ ਬੰਦ ਹੋ ਜਾਂਦੀ ਅਤੇ ਫਿਰ ਟਰੈਕਟਰ ਘਰਾਂ ਨੂੰ ਆ ਜਾਂਦੇ ਨੇ ਅਤੇ ਉਹ ਸਸਤੇ ਕਿਰਾਏ 'ਤੇ ਮਿਲ ਜਾਂਦੇ ਨੇ। ਰੋਟਾਵੇਟਰ ਆਪਣਾ ਹੈਗਾ ਸੀ ਅਤੇ 2000 ਰੁਪਈਆ ਦਿਹਾੜੀ 'ਤੇ ਮੈਂ ਟਰੈਕਟਰ ਲੈ ਆਉਂਦਾ ਸੀ, ਅਰਜਨ ਮਿਲ ਗਿਆ ਸੀ ਆਪਾਂ ਨੂੰ 4-wheel 'ਚ, ਅਤੇ ਉਹ ਬਹੁਤ ਵਧੀਆ ਚੱਲ ਗਿਆ ਸੀ, ਉਹ ਮੈਂ ਵਿੱਚ ਇਹਦੇ 'ਚ ਐਡ ਕਰਾਂਗਾ। ਅਤੇ ਤੁਸੀਂ ਵੇਖਿਆ ਜੇ ਕਿ ਉਹ ਬੜਾ ਵਧੀਆ ਚੱਲਦਾ ਸੀ, ਪਰ ਹੁਣ ਜਿਵੇਂ ਪੈਲੀ ਇੱਕ ਵਾਰੀ ਬਣ ਗਈ ਏ, ਉਹਦੇ 'ਤੇ ਮੀਂਹ ਪੈ ਗਿਆ ਸੀ, ਕਈ ਦਿਨ ਤੱਕ ਪਾਣੀ ਚੱਲਦਾ ਰਿਹਾ ਅਤੇ ਹੁਣ ਬੜੀ ਵਧੀਆ ਇੰਝ ਮਲਾਈ ਵਰਗੀ ਹੋ ਗਈ। ਹੁਣ ਆਪਣਾ ਟਰੈਕਟਰ ਵੀ ਬਹੁਤ ਵਧੀਆ ਸਿੰਪਲ ਚੱਲੀ ਜਾਂਦਾ, ਅਤੇ ਹੁਣ ਸਰਕਾਰਾਂ ਦਾ ਕੋਈ ਪਤਾ ਨਹੀਂ ਮਿੱਤਰੋ। ਜੇ ਕਿਤੇ ਪਤਾ ਲੱਗ ਜਾਏ ਕਿ ਅਗਾਂਹ ਹੁਣ ਸੁਣਨ 'ਚ ਆਉਂਦੀ ਹੈ ਕਿ ਝੋਨਾ ਬੰਦ ਹੋ ਜਾਣਾ ਆ ਵਾਲਾ, ਅਤੇ ਜੇ ਬੰਦ ਹੋ ਗਿਆ ਫਿਰ ਤਾਂ ਨਹੀਂ, ਅਤੇ ਜੇ ਬੰਦ ਨਾ ਹੋਇਆ ਤਾਂ ਫਿਰ ਵੇਖਾਂਗੇ ਆਪਾਂ ਵੀ, ਜਾਂ ਤਾਂ ਇਹਨੂੰ ਹੀ ਕਰਵਾਵਾਂਗੇ ਕਿਉਂਕਿ ਸਾਡੇ ਇੱਥੇ 2-3 ਟਰੈਕਟਰ ਐਤਕੀ ਹੋ ਕੇ ਆਏ ਨੇ 4-wheel, ਅਤੇ ਜੇ ਨਹੀਂ ਇਹਨੂੰ ਨਹੀਂ ਕਰਵਾਇਆ ਤਾਂ ਫਿਰ ਇਹਦੇ ਪਾਵਰ ਦਾ 855 ਵਗੈਰਾ ਕੋਈ ਨਾ ਕੋਈ ਫਿਰ ਲੈ ਲਾਂਗੇ। ਅਤੇ ਕੰਮ ਜਿਹੜਾ 4-wheel ਅਸਲ 'ਚ ਵੇਖੋ, ਹੁਣ ਮੈਂ ਜਿਹੜੀ ਗੱਲ ਮੈਂ ਆਖੀ ਪਹਿਲਾਂ ਕਿ ਤਾਂ ਨਾ ਲੱਗੇ, ਮਤਲਬ ਨਾ ਲੱਗੇ ਜਾਂ ਤਾਂ ਨਾ ਲੱਗੇ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ, ਕਿਉਂਕਿ ਵੈਸੇ ਵੀ ਜੇ ਆਪਾਂ ਸੁੱਕੀ ਪੈਲੀ ਵਾਈਏ 4-wheel ਦਾ ਨਜ਼ਾਰਾ ਫਿਰ ਵੀ ਬਹੁਤ ਹੈ ਜੀ। ਉੱਦਣ ਉਹ ਟਰੈਕਟਰ ਨੇ 12 ਘੰਟਿਆਂ ਦੇ ਵਿੱਚ 4000 ਦਾ ਤੇਲ ਖਾਧਾ ਮਸਾਂ, ਅਤੇ 12 ਘੰਟੇ ਤਾਂ ਖੈਰ ਨਹੀਂ ਚੱਲਿਆ, ਘੱਟ ਚੱਲਿਆ ਜੀ, 10 ਕੁ ਘੰਟੇ ਲਗਭਗ ਚੱਲਿਆ ਹੁਣ, ਮਤਲਬ ਉਹ ਠੀਕ ਠਾਕ ਜਿਹਾ ਤੇਲ ਉਹਨੇ ਬਹੁਤ ਵਧੀਆ ਤੇਲ ਖਾਧਾ ਸੀ। ਬਾਪੂ ਨੇ ਪਤਾ ਨਹੀਂ ਕਿਹੜੇ ਗੇਅਰ 'ਚ ਲਾਇਆ, ਤੀਜੇ ਲੋਅ 'ਚ ਲਾਇਆ ਬਾਪੂ ਨੇ, ਹਾਲਾਂਕਿ ਤੀਜੇ ਲੋਅ 'ਚ ਨਹੀਂ ਲਾਉਣਾ ਚਾਹੀਦਾ ਸੀ। ਪੈਲੀ ਤੁਹਾਨੂੰ ਬਹਾਨਾ ਬੜੀ ਵਧੀਆ ਬਣਨ ਦੀ ਪਿੱਛੋਂ ਬਹਾਨਾ, ਪਹਿਲੀ ਵਾਰੀ ਪਰ ਤੀਜੇ ਲੋਅ 'ਚ ਵੀ ਸਹੀ ਚੱਲਣ ਡਿਆ, ਦੂਜੇ ਚਲਾਉਂਦੇ ਹੋਰ ਵਧੀਆ ਸੀ ਪਰ ਦੂਜੇ ਨਿਪਟਦਾ ਨਹੀਂ ਕੁਛ, ਬਾਪੂ ਕੱਪੜੇ ਵੀ ਨਹੀਂ ਬਦਲ ਗਿਆ।
ਆਉਂਦੀ ਆਵਾਜ਼ ਫਿਰ ਬਾਂਸਰੀ ਦੀ ਕਿਉਂ? ਜਿਹੜੀ ਗੱਲ ਮੈਂ ਇੱਕ ਵਾਰੀ ਪਹਿਲਾਂ ਵੀਡੀਓ ਚੱਕੀ ਸੀ, ਮੈਂ ਕਿਹਾ ਵੀ ਜਦੋਂ ਸਵਰਾਜ 855 ਚੱਲਦਾ ਨਾ ਤੇ ਸੱਪ ਬਾਹਰ ਆ ਜਾਂਦੇ ਨੇ ਬਾਂਸਰੀ ਦੀ ਆਵਾਜ਼ ਵਾਲੀ। ਅਤੇ ਉਹ ਕਈਆਂ ਸਾਡੇ ਵੀਰਾਂ ਨੇ ਬੜੇ ਕਮੈਂਟ ਕੀਤੇ ਹਨ ਕਿ ਬਈ ਇਹੋ ਜਿਹੀ ਗੱਲ ਜਿਹੜੀ ਆਖਣ ਡਿਆ ਉਹ ਨਹੀਂ ਹੁੰਦੀ। ਹੁਣ ਵੱਜੇਗੀ ਬਾਂਸਰੀ, ਅਸਲੀ ਬਾਂਸਰੀ ਉਦੋਂ ਵੱਜਦੀ ਉਹ ਜ਼ਿਆਦਾ ਲੱਗਦਾ। ਬਣਦੀ ਜਾਂਦੀ ਮਲਾਈ ਇੱਕੋ ਸੀ ਕਿ ਨਹੀਂ? ਫਿਰ ਆਸਾ ਪਰਾਲੀ ਦੇ ਢੇਰ ਨੇ ਜਿਹੜੇ ਵਿੱਚ ਪਏ ਨੇ। ਕੋਈ ਗੱਲ ਹੈ ਵੀ ਹੁਣ ਮੈਂ ਵੀਡੀਓ ਪਾਈ ਜਾਣੀ ਨੇ ਐਵੇਂ ਦੀ ਜੀ ਆਉਂਦੇ ਹੁਣ ਵੀ ਇੱਕ ਕੰਪੈਨ ਹੁੰਦੀ ਸੀ ਜਦੋਂ, ਜਾਂ ਦੋ ਕੰਪੈਨਾਂ ਜਿਹੜੀਆਂ ਵੀ ਹੁੰਦੀਆਂ ਸਨ ਅਤੇ ਉਹ ਕਟਰ ਜੋੜ ਲੈਂਦੀਆਂ ਹਨ ਅਤੇ ਇੱਕ ਵਾਰੀ ਵਾਰੀ ਨਾਲ ਸਭ ਦੀਆਂ ਵੱਢਦੀਆਂ ਜਾਂਦੀਆਂ ਹਨ। ਅਤੇ ਉਹ ਇੱਕ ਦੋ ਮਹੀਨਿਆਂ ਬਾਅਦ ਹੀ ਕਟਰ ਜਿਹੜਾ ਸੀ ਉਹ ਟਰਾਲੇ ਦੇ ਉੱਤੇ ਲਾਂਦੇ ਹੁੰਦੇ ਸਨ। ਅਤੇ ਜਦੋਂ ਮੇਰੇ ਕੋਲ ਕੰਪੈਨ ਹੁੰਦੀ ਸੀ ਅਸੀਂ ਤਾਂ ਇੱਕ ਦਿਨ ਦੇ ਵਿੱਚ ਚਾਰ ਚਾਰ ਵਾਰ ਵੀ ਕਟਰ ਜੋੜਨਾ ਸਾਨੂੰ ਪੈਂਦਾ ਹੁੰਦਾ ਸੀ, 2 ਕਿੱਲੇ ਕਿਸੇ ਦੀ ਵੱਢਦਾ, 4 ਕਿੱਲੇ ਕਿਸੇ ਦੀ ਵੱਢਦਾ। ਇਹ ਚੀਜ਼ਾਂ ਕਿਉਂ ਹੁੰਦੀਆਂ ਸਨ ਮੈਂ ਤੁਹਾਨੂੰ ਦੱਸਣਾ, ਆਹ ਜਿਹੜੀਆਂ ਸੜਕਾਂ ਨੇ ਇਸ ਕਰਕੇ। ਪਹਿਲਾਂ ਸੜਕਾਂ ਹੁੰਦੀਆਂ ਨਹੀਂ ਸਨ, ਕਿਸੇ ਦੇ ਪੈਲੀ ਨੂੰ ਰਾਹ ਨਹੀਂ ਹੁੰਦਾ ਸੀ, ਜਿੱਧਰੋਂ ਦੀ ਪਾਈ ਕੰਪੈਨ ਚੱਲਣ ਦੇ ਵੀ ਉਹਨਾਂ ਨੂੰ ਪਤਾ ਵੀ ਵਾਰਿਓ ਵਾਰੀ ਆਉਣਾ ਹੈ ਨੰਬਰ। ਹੁਣ ਹਰੇਕ ਬੰਦੇ ਨੇ ਆਪਣੀ ਪੈਲੀ ਨੂੰ ਰਾਹ ਬਣਾਇਆ, ਉਹ ਆਉਂਦਾ ਵੀ ਪਹਿਲਾਂ ਮੇਰੀ ਵੱਢ, ਪਹਿਲਾਂ ਮੇਰੀ ਵੱਢ, ਚੱਕਰ ਆਹ ਪੈ ਗਿਆ। ਪਹਿਲਾਂ ਰਾਹ ਨਹੀਂ ਹੁੰਦੇ ਹਨ ਮਿੱਤਰੋ, ਇਹ ਚੀਜ਼ਾਂ ਨੇ। ਅਤੇ ਮਸ਼ੀਨਾਂ ਵੀ ਘੱਟ ਸਨ, ਹੁਣ ਮਸ਼ੀਨਾਂ ਵੀ ਜ਼ਿਆਦਾ ਆ ਗਈਆਂ ਨੇ, ਹੁਣ ਵੀ ਹਰੇਕ ਬੰਦਾ ਲਈ ਫਿਰਦਾ। ਹੁਣ ਮੈਂ ਤੁਹਾਨੂੰ ਮਖਾਨਾ ਕਿ ਵੀ ਸਾਰੇ ਸ਼ਹਿਰ ਦਾ ਪਾਣੀ ਜਿਹੜਾ ਉਹ ਇੱਥੇ ਆਇਆ ਪਿਆ। ਲਓ ਜੀ ਸੱਜਣੋ, ਇੰਨਾ ਜ਼ਿਆਦਾ ਪਾਣੀ ਇਹਦੇ ਬਾਪੂ ਕਦਿਰ ਕਰਨ ਆ ਗਿਆ ਸਾਡਾ। ਹੁਣ ਇਸ ਪਾਣੀ ਨੂੰ ਕਿਹੜੇ ਪਾਸੇ ਨੂੰ ਕਰਾਂਗੇ ਅਤੇ ਕੀ ਕਰਾਂਗੇ? ਉਹ ਪਰਲਾ ਪਰਲਾ ਵਗਣਾ, ਦੂਜਾ ਵਗਣਾ ਤਾਂ ਹੈ ਨਹੀਂ। ਲਓ ਇੰਨਾ ਪਾਣੀ ਚੱਲਣ ਡਿਆ ਜੀ। ਇਹ ਗੱਲ ਇਹ ਵੇ ਕਿ ਹੁਣ ਜਿਹੜਾ ਇਹਦੇ ਥੱਲੇ ਵਾਲਾ ਹੈ ਉਹ ਨਹੀਂ ਵਗਣਾ, ਕਿਉਂਕਿ ਉਹ ਇਸ ਕਰਕੇ ਨਹੀਂ ਵਗਾਇਆ ਜਾਣਾ ਕਿਉਂਕਿ ਉਹਦਾ ਪਾਣੀ ਜਿਹੜਾ ਥੱਲੇ ਨਿਕਲ ਜਾਣਾ। ਜਿੱਧਰ ਪਾਣੀ ਘੱਟ ਹੋਇਆ ਖਾਲੀ, ਉਹ ਮਤਲਬ ਮੰਨ ਲਓ ਵੀ 2-3 ਜਾਂ 4 ਕਿੱਲੇ, 4 ਕੁ ਕਿੱਲੇ ਤਿਆਰ ਕਰ ਲੈਂਦੇ ਹਾਂ ਅਤੇ ਬਾਕੀ ਫਿਰ ਕਰ ਲਵਾਂਗੇ। ਠੀਕ ਹੈ ਜੀ, ਚਲੋ ਠੀਕ ਹੈ ਦੋਸਤੋ, ਅੱਜ ਦਾ ਵਲੌਗ ਇੱਥੇ ਹੀ ਕਰਦੇ ਹਾਂ ਐਂਡ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇਖਣ ਲਈ, ਧੰਨਵਾਦ।